ਬਰਨਾਲਾ ਪੁਲਿਸ ਨੇ ਬੀਤੇ ਦਿਨੀ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ 16 ਜੁਲਾਈ ਦੀ ਰਾਤ ਨੂੰ ਹੰਡਿਆਇਆ ਤੋਂ ਧਨੌਲਾ ਜਾਂਦੀ ਲਿੰਕ ਸੜਕ ਉੱਤੇ ਗੁਰਮੀਤ ਸਿੰਘ ਨਾਮਕ ਵਿਅਕਤੀ ਦੀ ਲਾਸ਼ ਮਿਲੀ ਸੀ। ਚੌਂਕੀ ਇੰਚਾਰਜ ਹੰਡਿਆਇਆ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਕਿ ਮ੍ਰਿਤਕ ਗੁਰਮੀਤ ਸਿੰਘ ਦੀ ਪਤਨੀ ਕਿਰਨਜੀਤ ਕੌਰ ਦੇ ਨੀਟੂ ਨਾਮਕ ਵਿਅਕਤੀ ਨਾਲ ਨਜਾਇਜ਼ ਸਬੰਧ ਸਨ। ਇਹਨਾਂ ਸਬੰਧਾਂ ਵਿੱਚ ਰੋੜਾ ਬਣ ਰਹੇ ਪਤੀ ਨੂੰ ਪਤਨੀ ਨੇ ਆਪਣੇ ਪ੍ਰੇਮੀ ਅਤੇ ਉਸਦੇ ਦੋਸਤ ਨਾਲ ਮਿਲ ਕੇ ਕਤਲ ਕਰਕੇ ਸਥਿਤੀ ਨੂੰ ਗੁੰਝਲਦਾਰ ਬਣਾ ਦਿੱਤਾ ਸੀ। ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਨੂੰ ਮਿਤੀ 16 ਤਰੀਕ 16/7/18 ਦੀ ਦੇਰ ਸ਼ਾਮ ਤਕਰੀਬਨ ਰਾਤ ਦੇ 11 ਵਜੇ ਪਤਾ ਲੱਗਿਆ ਸੀ ਵੀ ਇੱਕ ਅਨਨੋਨ ਡੈੱਡ ਬੋਡੀ ਹੰਡਿਆਇਆ ਤੋਂ ਧਨੌਲਾ ਰੋਡ 'ਤੇ ਪਈ ਆ, ਸੜਕ ਦੇ ਕਿਨਾਰੇ 'ਤੇ ਪਈ ਆ। ਜਦੋਂ ਮੌਕੇ 'ਤੇ ਜਾ ਕੇ ਦੇਖਿਆ ਉਹ ਡੈੱਡ ਬੋਡੀ ਦੇ ਬੈਕ ਸਾਈਡ 'ਤੇ ਇੱਕ ਸੱਟ ਲੱਗੀ ਹੋਈ ਸੀ ਅਤੇ ਜਿਹੜੀ ਡੈੱਡ ਬੋਡੀ ਉਹ ਮੁੱਧੀ ਪਈ ਸੀ ਸੜਕ ਦੇ ਕਿਨਾਰੇ 'ਤੇ। ਉੱਥੇ ਧਨੌਲਾ ਖੁਰਦ ਦੇ ਲੋਕ ਵੀ ਆਏ ਹੋਏ ਸੀ। ਉੱਥੇ ਮ੍ਰਿਤਕ ਦਾ ਭਰਾ ਸੁਰਜੀਤ ਸਿੰਘ ਵੀ ਆ ਗਿਆ ਸੀ। ਜਦੋਂ ਦੇਖਿਆ ਤਾਂ ਉਸਨੇ ਉਸ ਟਾਈਮ ਤਾਂ ਬਿਆਨ ਨਹੀਂ ਲਿਖਵਾਇਆ। ਅਗਲੇ ਦਿਨ ਅਸੀਂ ਉਸ ਦਿਨ ਡੈੱਡ ਬੋਡੀ ਨੂੰ ਚੁਕਵਾ ਕੇ ਸਿਵਲ ਹੋਸਪਿਟਲ ਬਰਨਾਲਾ ਡੈੱਡ ਬੋਡੀ ਰਖਵਾਤੀ ਸੀਗੀ ਅਤੇ ਅਗਲੇ ਦਿਨ ਅਸੀਂ 17/7 ਨੂੰ ਐਕਸੀਡੈਂਟ ਦਾ ਮੁਕੱਦਮਾ ਦਰਜ ਸੁਰਜੀਤ ਸਿੰਘ ਦੇ ਬਿਆਨ, ਸੁਰਜੀਤ ਸਿੰਘ ਪੁੱਤਰ ਬਾਬਾ ਸਿੰਘ ਦੇ ਬਿਆਨ 'ਤੇ, ਮ੍ਰਿਤਕ ਦੇ ਵੱਡੇ ਭਰਾ ਦੇ ਬਿਆਨ 'ਤੇ ਐਕਸੀਡੈਂਟ ਦਾ ਮੁਕੱਦਮਾ ਦਰਜ ਕਰਤਾ ਸੀ। ਕੱਲ੍ਹ SHO ਸਾਹਿਬ ਦੇ ਨਾਲ ਅਸੀਂ ਸਾਰੀ ਪਾਰਟੀ ਸ਼ਾਮਿਲ ਸੀਗੀ, ਪੁਲਿਸ ਪਾਰਟੀ। ਇਹਦਾ ਭਰਾ ਕੁਲਵੀਰ ਸਿੰਘ ਨੇ, ਮ੍ਰਿਤਕ ਦਾ ਭਰਾ ਕੁਲਵੀਰ ਸਿੰਘ ਪੁੱਤਰ ਬਾਬਾ ਸਿੰਘ ਮਿਲਿਆ, ਜਿਹਨੇ SHO ਸਾਹਿਬ ਨੂੰ ਸਾਰੇ ਹਾਲਾਤ ਦੱਸੇ ਤਫਤੀਸ਼ ਦੇ। ਉਹਨੂੰ ਆਪਣੀ ਭਰਜਾਈ ਅਤੇ ਦੋ ਉਹਦੀ ਭਰਜਾਈ ਦੇ ਫਰੈਂਡ ਨੇ, ਧਨੌਲਾ ਦੇ ਰਹਿਣ ਵਾਲੇ, ਉਹ ਵੱਡੇ ਧਨੌਲੇ ਦੇ ਰਹਿਣ ਵਾਲੇ ਨੇਗੇ, ਇਹ ਧਨੌਲਾ ਖੁਰਦ ਦੇ ਨੇ, ਉਸ ਦੇ ਆਧਾਰ 'ਤੇ ਉਹਨਾਂ ਨੂੰ ਮੁਕੱਦਮੇ ਵਿੱਚ ਜੁਰਮ 302 ਦਾ ਵਾਧਾ, 302, 120, 34 IPC ਦਾ ਵਾਧਾ ਕਰਕੇ ਲੇਡੀਜ਼ ਦੇ ਘਰ ਰੇਡ ਕੀਤੀ, ਜਿੱਥੇ ਕਿਰਨਜੀਤ ਕੌਰ ਨੂੰ ਧਨੌਲਾ ਖੁਰਦ ਤੋਂ ਗ੍ਰਿਫਤਾਰ ਕੀਤਾ ਕਰ ਲਿਆ। ਉਸ ਤੋਂ ਬਾਅਦ ਜਿਹੜੇ ਉਹਦੇ ਫਰੈਂਡ ਸੀ ਉਹਨਾਂ ਦੀ ਰੇਡ ਕੀਤੀ ਤਾਂ ਉਹ ਵੀ ਸਾਨੂੰ ਇਲਾਕੇ ਥਾਣੇ 'ਚ ਵੀ ਮਿਲ ਗਏ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਇਹਨਾਂ ਨੂੰ ਅੱਜ ਪੇਸ ਅਦਾਲਤ ਕਰ ਲਿਆ। ਚਾਰਜ ਨਹੀਂ ਲੱਗਿਆ ਜੀ ਹਜੇ ਤਾਂ ਮੁਕੱਦਮੇ ਵਿੱਚ। ਪਹਿਲਾ ਮੁਕੱਦਮਾ 304A ਦੇ ਵਿੱਚ ਸੀਗਾ, ਹੁਣ 302 IPC ਵਿੱਚ ਕਨਵਰਟ ਹੋ ਗਿਆ ਜੀ। ਕਤਲ ਦਾ ਮੁਕੱਦਮਾ ਦਰਜ ਹੋਇਆ ਇਹਨਾਂ ਦੇ ਖਿਲਾਫ਼। ਨਹੀਂ, ਜਨਾਨੀ ਦੀ ਤਾਂ ਸਾਜ਼ਿਸ਼ ਸੀ, ਉਹ ਤਾਂ ਉਹਨਾਂ ਨਾਲ ਟਾਈ ਅਪ ਸੀਗੀ। ਕਤਲ ਇਹਨਾਂ ਦੋਨਾਂ ਮੁੰਡਿਆਂ ਨੇ ਉਹਨੂੰ ਪਿੰਡ ਤੋਂ ਬਾਹਰ ਪੁੱਛ ਕੇ ਸਾਹਮਣੇ ਆਇਆ ਵੀ ਬੁਲਾ ਲਿਆ, ਉਹਨੂੰ ਸ਼ਰਾਬ ਪਾਈ। ਜਦੋਂ ਕਾਫ਼ੀ ਸ਼ਰਾਬੀ ਹੋ ਗਿਆ ਤਾਂ ਇਹਨਾਂ ਨੇ ਪਹਾੜੀ ਨਾਲ ਉਹਦੀ ਬੈਕ ਸਾਈਡ ਤੋਂ ਬੈਠੇ ਸੜਕ ਦੇ ਕਿਨਾਰੇ 'ਤੇ ਬੈਠ ਕੇ ਸ਼ਰਾਬ ਪੀਣ ਲੱਗੇ। ਸ਼ਰਾਬੀ ਹਾਲਤ ਵਿੱਚ ਉਹਦੀ ਬੈਕ ਸਾਈਡ ਤੋਂ ਸਿਰ 'ਚ ਪਹਾੜੀ ਮਾਰੀ ਅਤੇ ਉਹ ਵਿਚਾਰਾ ਉੱਥੇ ਹੀ ਖਤਮ ਹੋ ਗਿਆ। ਮੌਕੇ ਅਸੀਂ ਉਹੀ ਮਾਰੇ ਸੀ ਜੀ ਬੰਦਾ। ਅੱਛਾ, ਕਿਵੇਂ ਦਿੱਤਾ ਅੰਜਾਮ ਤੁਸੀਂ, ਕੀ ਗੱਲਬਾਤ? ਇਹ ਜਨਾਨੀ ਨੇ ਆਖੇ ਸੀ ਤਾਂ ਮਾਰੇ ਸੀ, ਉਹਦੇ ਨਾਲ ਗੱਲਬਾਤ ਸੀ ਜੀ। ਜਨਾਨੀ ਨਾਲ ਗੱਲਬਾਤ ਸੀ ਜੀ, ਮੈਂ ਮਾਰਿਆ ਸੀਗਾ ਜੀ, ਬਾਹਰੇ ਬੁਲਾ ਕੇ ਮਾਰਿਆ ਸੀਗਾ। ਘਰੋਂ ਪਰੇਸ਼ਾਨ ਕਰਦੀ ਸੀ ਜੀ, ਘਰ ਵਾਲੇ ਨੂੰ ਪਰੇਸ਼ਾਨ, ਘਰ ਵਾਲੀ ਨੂੰ ਜ਼ਿਆਦਾ ਪਰੇਸ਼ਾਨ ਕਰਦਾ ਸੀਗਾ ਜੀ। ਉਹਦੇ ਘਰ ਵਾਲੀ ਕਹਿੰਦੀ ਜਾਂ ਤਾਂ ਮੈਨੂੰ ਕੁਛ ਲਿਆ ਕੇ ਦੇ ਦਿਓ ਜਾਂ ਵੀ ਤੁਸੀਂ ਮਾਰ ਦਿਓ। ਫਿਰ ਅਸੀਂ ਉਹਨੂੰ ਲੈ ਕੇ ਵੱਗ ਗਏ ਸੀਗੇ ਜੀ, ਦਾਰੂ ਪਿਆਲਾ ਪੀ ਕੇ, ਫਿਰ ਅਸੀਂ ਮਾਰਤਾ। ਹਾਂਜੀ, ਕੀ ਨਾਮ ਸੀ ਜਨਾਨੀ ਦਾ? ਕਰਨ ਕੌਰ ਜੀ। ਕਿੱਥੇ ਦੇ ਰਹਿਣ ਵਾਲੇ ਸੀ? ਕੰਚੇ ਧਨੌਲੇ ਦੀ। ਕਿੰਨੇ ਚਿਰ ਤੋਂ ਸੀ ਤੁਹਾਡੇ ਰਿਲੇਸ਼ਨ ਉਹਦੇ ਨਾਲ? ਇਹ 3-4 ਮਹੀਨੇ ਹੋ ਗਏ ਸੀ। 12 ਵਜੇ ਪਤਾ ਲੱਗਿਆ ਸਾਨੂੰ, ਤਾਂ ਪੁਲਿਸ ਵਾਲੇ ਹੌਲਦਾਰ ਆਏ ਸੀ ਜੀ ਘਰ, ਰਾਤ ਨੂੰ ਉਹਨਾਂ 12 ਵਜੇ ਖਾਇਆ ਸਾਨੂੰ ਜੀ। ਸਾਨੂੰ ਕਹਿੰਦੇ ਵੀ ਇਹ ਗੱਲਬਾਤ ਹੈ ਜੀ,
ਮੈਨੂੰ ਪੁੱਛਿਆ ਵੀ ਸੀਗਾ ਜੀ ਸੰਤਾ ਜੀ ਇੰਨਾ ਕੋਈ ਮਾਤਾ ਕੋਈ ਦੁਸ਼ਮਣ ਹੈ ਜੀ, ਮੈਂ ਪਿੰਡ ਦੇ ਵਿੱਚ ਵੀ ਗੱਲਬਾਤ ਆਦੀ ਵੀ ਹੈ ਜੀ, ਇਹ ਗੱਲਾਂ ਆਦਿ ਨਾਲ ਹੁਣ ਤਾਂ ਪਤਾ ਨਹੀਂ ਕਿਸੇ ਗੱਲ ਦਾ ਜੀ।